ਨਹੀਂ ਦੋਸਤੋ ਅੱਜ ਤੁਹਾਨੂੰ ਬਈ ਆਪਾਂ ਡੱਬ ਵਾਲੀ ਮੰਡੀ ਤੋਂ ਬਾਜੋ ਦੇ ਦਾਮਾਂ ਦੇ ਟਰੈਕਟਰ ਦਿਖਾਵਾਂਗੇ ਜਿਹੜੇ ਕਿ ਬਈ ਸੀਜ਼ਨ ਦਾ ਟਾਈਮ ਹੈ ਹਰੇਕ ਕਿਸਾਨ ਭਰਾ ਨੂੰ ਜ਼ਰੂਰਤ ਹੈ ਉਹ ਜਿਹੇ ਟਰੈਕਟਰ ਦਿਖਾਵਾਂਗੇ। ਸਤਿ ਸ੍ਰੀ ਅਕਾਲ। ਆਪਣਾ ਨਾਮ ਪਿੰਡ ਦਾ ਨਾਮ ਜੀ? ਗੁਰਸਮਤ ਸਿੰਘ ਹੈ ਜੀ, ਪਿੰਡ ਅਲੀਗਾ। ਠੀਕ ਹੈ ਜੀ। ਕਿੰਨੇ ਟਰੈਕਟਰ ਦਿਖਾਉਣੇ ਆਪਾਂ? ਚਾਰ ਆ ਜੀ ਆਪਣੇ ਕੋਲ। ਹਾਂਜੀ ਦਿਓ ਜੀ। ਚੱਲ ਪਹਿਲਾਂ ਕਿਹੜਾ ਦਿਖਾਉਣਾ? ਸਵਰਾਜ ਜੀ, ਸਵਰਾਜ। ਹਾਂਜੀ ਦਿਓ ਜੀ। ਵਧੀਆ ਇੰਜਨ ਗੇਅਰ ਤਾਂ ਸਹੀ ਹੈ, ਟਰੈਕਟਰ ਸੋਹਣਾ ਹੈ, ਐਚ24 ਨੰਬਰ ਹੈ। ਅੱਛਾ, ਕੀ ਕੰਡੀਸ਼ਨ ਪਈ ਹੈ ਜੀ? ਠੀਕ ਹੈ, ਬਸ 90 ਪੈਸੇ ਫੇਅਰ ਰੇਟ ਸਾਰਾ ਜੀ। ਅੱਛਾ, ਇੰਜਨ ਗੇਅਰ ਜੀ? ਇੰਜਨ ਗੇਅਰ ਵਧੀਆ ਵਾਹ ਕੇ ਲੈ ਜੀ, ਬੜਾ ਤਸੱਲੀ ਕਰਕੇ ਲੈ ਜਾਣਾ ਕਿਸਾਨ ਆਪਾਂ। ਮਾਡਲ ਜੀ? ਮਾਡਲ 95। ਅੱਛਾ ਜੀ। ਡਿਮਾਂਡ ਜੀ? ਡਿਮਾਂਡ 1,20,000 ਦੇ ਦੇਵਾਂਗੇ। 1,20,000 ਦਾ? ਹਾਂਜੀ। ਬਾਕੀ ਮਾਨ ਤੁਹਾਨੂੰ ਵੀ ਚੱਲਦਾ? ਹਾਂ, ਹੋ ਜਾਂਦਾ ਮਾੜਾ ਮੋਟਾ। ਅੱਛਾ ਜੀ। ਟਾਇਰਾਂ ਦੀ ਕੰਡੀਸ਼ਨ ਕਿੰਨੀ ਪਈ ਹੈ ਜੀ? ਹੈਗੇ ਜੀ 45 ਕੁ ਪੈਸੇ। 45 ਪੈਸੇ? ਹਾਂਜੀ ਹਾਂਜੀ। ਠੀਕ ਹੈ ਜੀ। ਤਾਂ ਅੱਗੇ ਦਿਖਾਓ ਜੀ ਟਰੈਕਟਰ। ਹਾਂ, ਟਰਾਲੀ ਹੈ ਜੀ ਆਪਣੀ। ਅੱਛਾ ਜੀ। ਇਹ ਆਸ਼ਾ ਟਰੈਕਟਰ ਤੇ ਟਰਾਲੀ ਦੋਨੋਂ ਬਕਾਊਗਾ? ਹਾਂ। ਠੀਕ ਹੈ ਜੀ। ਇਹ ਵੀ ਕੀ ਕੰਡੀਸ਼ਨ ਪਈ ਹੈ ਟਰਾਲੀ ਦੀ? ਇਹ ਠੀਕ ਹੈ ਜੀ, ਮਾੜੀ ਮੋਟੀ ਜ਼ਰਤ ਹੈਗੀ। ਹਾਂਜੀ। ਪੰਪ ਵਾਲੀ 70,000 ਦੀ ਦੇ ਦੇਵਾਂਗੇ ਆਪਾਂ। ਪੰਪ ਵਾਲੀ ਟਰਾਲੀ 70,000 ਰੁਪਏ ਦੀ ਬਣ ਜੂ? ਹਾਂ, ਟਾਇਰ ਟੂਰ ਵਧੀਆ, ਟਾਇਰ ਚੰਗੇ ਪਏ ਆ। ਹਾਂ, ਕੰਮ ਵਾਲੇ ਵਧੀਆ ਵਧੀਆ ਕੱਚੇ ਸਾਫ਼ ਪਏ ਟਾਇਰ, ਹਨ ਇਹ ਟਰੈਕਟਰ ਹੈ 93 ਮਾਡਲ। ਅੱਛਾ ਜੀ, 93 ਮਾਡਲ ਜੀ? ਹਾਂਜੀ ਹਾਂਜੀ। ਅੱਛਾ ਜੀ, ਕੀ ਕੰਡੀਸ਼ਨ ਪਈ ਹੈ ਜੀ ਇਹਦੀ? ਇਹ ਐਨਸੀ ਇੰਜਨ ਹੈ ਜੀ, ਸੈਲਫ ਸਟਾਰਟ ਹੈ। ਅੱਛਾ ਜੀ। ਟਾਇਰ ਪੱਕੇ ਵਧੀਆ। ਅੱਛਾ ਜੀ। ਇਹ 75,000 ਦੇ ਦੇਵਾਂਗੇ। 75 ਦਾ? ਹਾਂਜੀ। ਠੀਕ ਹੈ ਜੀ। ਬਾਕੀ ਮਾਨ ਤਾਨ ਕਰ ਦਿਓਗੇ? ਬਹੁਤ ਮਾਨ ਤਾਂ ਨਹੀਂ ਜੀ, 75,000 ਸੈਲ ਸਟਾਰਟ ਹੈ ਜੀ। ਅੱਛਾ ਜੀ। ਮਾਡਲ ਜੀ? 93। ਠੀਕ ਹੈ ਜੀ। ਤਾਂ ਦੋਸਤੋ ਅੱਗੇ ਆ ਜੀ ਆਇਸ਼ਰ, ਫੇਰ ਆ ਗਿਆ 86 ਮਾਡਲ ਜੀ। 86 ਮਾਡਲ ਹੈ ਜੀ। ਠੀਕ ਹੈ ਜੀ। ਲੋਟ ਲੋਟ ਸਾਰਾ ਚਾਲੂ ਹੈ, ਵਧੀਆ ਟਰਾਲੀ ਵੀ ਚੱਕਦਾ। ਅੱਛਾ ਜੀ, ਟਰੈਕਟਰ ਵਾਲੀ ਇਹ ਵੀ ਦੋਨੋਂ ਬਕਾਊ ਹੈ ਜੀ? ਹਾਂਜੀ ਹਾਂਜੀ। ਠੀਕ ਹੈ ਜੀ। ਤਾਂ ਦੋਸਤੋ ਪੋਲੋ ਦੇ ਆ ਬੈਕ ਸਾਈਡ ਜਿਹੜੇ ਟਾਇਰ ਆਪਾਂ ਤੁਹਾਨੂੰ ਦਿਖਾਈ ਜਾਂਦੇ ਆ, ਚਾਦਰ ਵਗੈਰਾ ਠੀਕ ਪਈ ਆ, ਜਿਵੇਂ ਕਿ ਤੂੜੀ ਵਾਲਾ ਸੀਜ਼ਨ ਲਾਉਣਾ, ਕੋਈ ਵੀ ਕੰਮ ਲੈਣਾ ਹਲਕਾ ਹੈ ਨਾ, ਇਸੇ ਕੰਮ ਹੀ ਲੈ ਸਕਦੇ ਹੋ। 45,000 ਦੀ? 45,000 ਦੀ। ਹਾਂਜੀ। ਠੀਕ ਹੈ ਜੀ। ਇਹ ਬਿਨਾਂ ਪੰਪ ਤੋਂ? ਬਿਨਾਂ ਪੰਪ ਤੋਂ। ਦੇਣੀ ਕਿੰਨੇ ਦੀ ਲਾਸਟ? 45 ਹੀ ਦੇਣੀ ਹੈ ਜੀ, ਉਹਨਾਂ ਮੰਗਦੇ ਦਾ 55,000 ਦੇਣੀ ਹੈ ਲਾਸਟ। ਹਾਂਜੀ ਹਾਂਜੀ। ਠੀਕ ਹੈ ਜੀ। ਟਰੈਕਟਰ ਦਾ ਜੀ? ਟਰੈਕਟਰ ਇਹ 70,000 ਦੇ ਦੇਵਾਂਗੇ। 70,000 ਦਾ? ਹਾਂ, ਸਾਰਾ ਲੋਡ ਲੋਡ ਚਾਲੂ ਹੈ। ਅੱਛਾ ਜੀ। ਹਾਂ, ਉਹ ਆ ਕੇ ਤਸੱਲੀ ਕਰਕੇ ਦੇਖ ਕੇ ਲੈ ਜਾਣ, ਸਾਰਾ ਲੱਗਿਆ, ਕੁਆਡਰੇਟ ਹੀ ਹੈ ਜੀ ਇਹ ਤਾਂ। ਠੀਕ ਹੈ। ਹਾਂ, ਇੱਕ ਆ ਟਰਾਲੀ ਹੈ ਜੀ ਆਪਣੇ ਕੋਲ। ਅੱਛਾ ਜੀ, ਕੱਲੀ ਇਹ ਟਰਾਲੀ? ਨਵਾਂ ਲੱਗਿਆ। ਅੱਛਾ ਜੀ। ਹਾਂ, ਕੀ ਕੰਡੀਸ਼ਨ ਪਈ ਹੈ ਜੀ ਇਸ ਟਰਾਲੀ? ਇਹ ਫਰਸ਼ ਨਵਾਂ ਲਵਾਇਆ ਜੀ ਆਪਾਂ। ਹਾਂਜੀ, ਸਭ ਸਭ ਵਧੀਆ, ਪੰਪ ਮੋਟਾ ਲੱਗਿਆ। ਅੱਛਾ ਜੀ, ਪੰਪ ਚੰਗਾ ਲੱਗਿਆ। ਹਾਂ ਹਾਂ, ਵਧੀਆ ਵੱਡਾ ਪੰਪ ਲੱਗਿਆ। ਠੀਕ ਹੈ ਜੀ। ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ? ਟਾਇਰ ਠੀਕ ਹੈ ਜੀ, ਕੰਮ ਵਾਲੇ ਆ ਪੱਕੇ। ਠੀਕ ਹੈ ਜੀ। ਇਹ ਸਭ ਸਭ ਚੰਗਾ? ਹਿੱਸਾ ਚੰਗਾ। ਵਿੱਚੋਂ ਚਾਦਰ ਸਾਫ਼ ਪਈ ਹੈ? ਨਵੀਂ ਲਵਾਈ ਹੈ ਚਾਦਰ। ਅੱਛਾ ਜੀ, ਨਵੀਂ ਲੱਗੀ ਹੋਈ ਹੈ? ਨਵੀਂ ਲਵਾਈ ਹੈ ਚਾਦਰ, ਆਪੇ ਲਵਾਈ। ਠੀਕ ਹੈ। ਇਹਦੀ ਕੀ ਡਿਮਾਂਡ ਰੱਖੀ? 75,000 ਦੀ ਦੇ ਦੇਵਾਂਗੇ ਜੀ, ਉਹਦਾ ਮੰਗਦੇ ਦਾ ਵਾਧਾ। ਅੱਛਾ ਜੀ, ਮੰਗਦੇ ਵਾਧੂ। ਹਾਂ, ਦੇਣੀ 75 ਦੀ? ਹਾਂ। ਠੀਕ। 25 ਦੀ? 25 ਹੈ ਜੀ। ਇੰਜਨ? ਇਹ 92 ਮਾਡਲ ਜੀ। ਅੱਛਾ ਜੀ। ਹਾਂ, ਟਾਇਰਾਂ ਦੀ ਕੰਡੀਸ਼ਨ ਚੰਗੀ ਪਈ ਹੈ ਨਾ? ਹਾਂ ਹਾਂ, ਰੇਟ ਚੰਗਾ ਸਾਫ਼ ਹੈ, ਹਰਿਆਣਾ ਨੰਬਰ ਹੈ ਜੀ। ਹਾਂ, ਸੀਏਟ ਦੀ ਕੰਪਨੀ ਦੇ ਟਾਇਰ। ਹਾਂ ਹਾਂ ਹਾਂ, ਹਾਂਜੀ ਹਾਂਜੀ ਹਾਂਜੀ। ਮਾਡਲ ਕਿੰਨਾ ਜੀ? ਇਹ 92 ਮਾਡਲ ਹੈ ਜੀ। ਅੱਛਾ ਜੀ, ਦੇਣਾ ਵੀ ਕਿੰਨੇ ਦਾ? ਇਹ ਉਹਦਾ 1,00,000 ਰੁਪਇਆ ਡਿਮਾਂਡ ਹੈ ਜੀ, 95,000 ਦਾ ਦੇ ਦੇਵਾਂਗੇ। 95? ਹਾਂਜੀ ਹਾਂਜੀ। ਅੱਛਾ ਜੀ, ਬਾਕੀ ਮਾਨ ਤਾਨ ਕਰ ਦਿਓ ਜੀ ਮੌਕੇ ਤੇ ਜੀ। ਹਾਂ, ਹੋ ਜੂ ਇੰਜਨ ਦਾ ਵਾਹ ਕੇ ਲੈ ਜੀ ਭਲਾ। ਬੈਟਰੀ ਵਧੀਆ ਪਈ? ਹਾਂ, ਸਾਰਾ ਕੁਝ ਵਧੀਆ, ਸੈਲ ਸਟਾਰਟ ਹੈ। ਅੱਛਾ ਜੀ, ਡੰਡਾ ਫੱਟੀ ਨਾਲ ਹੈ? ਹਾਂ, ਸਭ ਕੁਝ ਤਿਆਰ ਦਾ ਜੀ। ਛਤਰੀ ਚੰਗੀ ਹੈ? ਹਾਂ, ਹਰਿਆਣਾ ਨੰਬਰ ਹੈ, ਲੋਕਲ ਇੱਥੋਂ ਦੇ। ਅੱਛਾ ਜੀ। ਬਾਕੀ ਕਈ ਕਿਸਾਨ ਭਰਾ ਕਹਿੰਦੇ ਵੀ ਬਈ ਤੇਲ ਤੂਲ ਘੱਟ ਹੁੰਦਾ ਤੇਲ? ਨਹੀਂ ਨਹੀਂ ਨਹੀਂ, ਆਪਣੇ ਰੇਟ 'ਚ ਕਿਸੇ 'ਚ ਨਹੀਂ ਘੱਟ ਹੋਊਗਾ ਜੀ। ਅੱਛਾ, ਜਿੰਨਾ ਮਾ ਕੇ ਤੂ ਉਹਨਾਂ ਹੀ ਰਹੂ, ਪਹਿਲਾਂ ਟਰਾਲੀ 'ਚ ਕਾ ਲਿਆ ਕੇ ਅਗਲਾ ਤਸੱਲੀ ਕਰਕੇ ਆ ਜੇ। ਹਾਂ, ਜਿਹੜੀ ਚੀਜ਼ ਹੈ। ਠੀਕ ਹੈ। ਹਾਂ, ਫੋਨ ਨੰਬਰ ਬੋਲ ਦਿਓ ਜੀ ਆਪਣਾ। 9465752584। ਠੀਕ ਹੈ ਜੀ। ਲਓ ਜੀ ਦੋਸਤੋ, ਇਹ ਫੋਨ ਨੰਬਰ ਤੇ ਮਾਲਕਾਂ ਨਾਲ ਤੁਸੀਂ 99916 ਕਰ ਲੈ, 28996। ਠੀਕ ਹੈ, 99916 28996। 99916। ਠੀਕ ਹੈ ਜੀ। ਇਹ ਨੰਬਰਾਂ ਤੇ ਤੁਸੀਂ ਜਿੰਨੇ ਆਪਾਂ ਟਰੈਕਟਰ ਦਿਖਾਏ ਆ, ਟਰਾਲੀਆਂ ਦਿਖਾਈਆਂ, ਵਾਜਬ ਰੇਟਾਂ ਦੇ, ਵਾਜਬ ਦਾਮਾਂ ਦੇ ਵਿੱਚ ਆ, ਤਾਂ